ਕੋਈ ਸਮਾਂ ਫਿਰ ਬੀਤੂਗਾ ਤੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਜੰਗ ਹੋਊਗੀ, ਵੱਡੀ ਜੰਗ, ਤੇ ਪਾਕਿਸਤਾਨ ਦੀ ਹੋਂਦ ਖਤਮ ਹੋ ਜਾਊਗੀ। ਉਦੋਂ ਜਿਹੜਾ ਦਿੱਲੀ ਤਖਤ ਦੇ ਉੱਤੇ ਖਾਲਸਾ ਬੈਠੂਗਾ, ਖਾਲਸੇ ਦਾ ਰਾਜ ਹੋਊਗਾ, ਫਿਰ ਨਾ ਕੋਈ ਮੰਗਤਾ ਰਹੂਗਾ, ਨਾ ਕੋਈ ਭੁੱਖਾ ਰਹੂਗਾ, ਨਾ ਕੋਈ ਨੰਗਾ ਰਹੂਗਾ। ਫਿਰ ਜਿਹੜਾ ਹਲੇਮੀ ਰਾਜ, ਗੁਰੂ ਅਰਜਨ ਦੇਵ ਜੀ ਨੇ ਕਿਹਾ ਇਹ ਹੋਇਆ ਹਲੇਮੀ ਰਾਜ ਜੀ, ਉਹ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਨਾ, ਪੈ ਹੁਣ ਹੁਕਮ ਹੋਇਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੁਝਾਨ ਦਾ, ਸਭ ਸੁਖਾਲੀ ਬੁੱਟੀਆ, ਹੁਣ ਹੋਇਆ ਹਲੇਮੀ ਰਾਜ ਜੀ। ਉਹ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ। ਉਹ ਹਲੇਮੀ ਰਾਜ ਫਿਰ ਖਾਲਸੇ ਦਾ ਹੋਣਾ, ਫਿਰ ਉਸ ਤੋਂ ਬਾਅਦ ਲਗਾਤਾਰ 500 ਸਾਲ ਖਾਲਸੇ ਦਾ ਰਾਜ ਰਹਿਣਾ। ਠੀਕ ਹੈ ਜੀ, ਇਸ ਤੋਂ ਬਾਅਦ ਫਿਰ ਪੂਰੀ ਦੁਨੀਆਂ 'ਚ ਜਾਣਾ, ਇਹ ਆਪਾਂ ਫਿਰ ਕਰਾਂਗੇ ਗੱਲਾਂ ਬਾਤਾਂ। ਅਤੇ ਮੇਰਾ ਦੱਸਣ ਤੋਂ ਮਤਲਬ ਇਹ ਸੀਗਾ ਕਿ ਜਨਮ ਵਿਸਾਖੀ ਦੇ ਵਿੱਚ ਮੈਂ ਉਹ ਗੱਲਾਂ ਪੜ੍ਹੀਆਂ ਹੋਈਆਂ, ਅੱਜ ਤੱਕ ਮੈਨੂੰ ਯਾਦ ਆ, 7ਵੀਂ ਕਲਾਸ 'ਚ ਮੈਂ ਉਦੋਂ ਪੜ੍ਹਦਾ ਸੀ, 1971 'ਚ। ਠੀਕ ਹੈ ਨਾ, ਤਾਂ ਉਹ ਜਿਹੜੀਆਂ ਕਿਤਾਬ, ਜੇ ਅਸੀਂ ਇਤਿਹਾਸ ਪੜ੍ਹਾਂਗੇ ਹੀ ਨਹੀਂ ਤਾਂ ਸਾਨੂੰ ਨੋਟ ਦਾ ਇੱਕੋ ਪਾਸਾ ਨਜ਼ਰ ਆਉਣਾ। ਤੁਸੀਂ ਸ਼ਾਇਦ ਇੱਦਾਂ ਵੀ ਕੋਈ ਦੱਸੀ ਸੀ ਗੱਲ ਕਿ ਉਹ